ਪੰਜਾਬ ਦੀ ਇਲੈਕਸ਼ਨਾਂ ਦਾ ਜਿਹੜਾ ਦੰਗਲ ਹੈ ਪੱਕ ਚੁੱਕਿਆ ਹੈ ਔਰ ਨੋਮੀਨੇਸ਼ਨ ਜਾ ਰਹੀ ਹੈ। ਉਸ ਤੋਂ ਬਾਅਦ 4 ਫਰਵਰੀ ਨੂੰ ਵੋਟਾਂ ਪੈਣੀਆਂ ਔਰ ਲੋਕਾਂ ਦਾ ਰੁਝਾਨ ਇਹਦੇ 'ਚ ਬਹੁਤ ਹੈ। ਸਾਡੇ ਨਾਲ ਗੁਰਸ਼ਰਨਜੀਤ ਬੁੱਟਰ ਜਿਹੜੇ 20 ਸਾਲ ਤੋਂ ਮੀਡੀਆ ਨਾਲ ਸੰਪਰਕ ਰੱਖਦੇ ਨੇ, ਸਾਬਕਾ ਪ੍ਰਧਾਨ ਨੇ ਪੰਜਾਬੀ ਮੀਡੀਆ ਐਸੋਸੀਏਸ਼ਨ ਅਲਬਰਟਾ ਦੇ, ਔਰ ਹੁਣੇ ਤਾਜ਼ੇ ਉਹਨਾਂ ਨੂੰ 24 ਘੰਟੇ ਸੱਤੇ ਦਿਨ ਦਾ ਰੇਡੀਓ ਜਿਹੜਾ ਉਹ CRTC ਨੇ ਅਲੋਟ ਕੀਤਾ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੀ ਕਾਰਗੁਜ਼ਾਰੀ ਕੀ ਹੈ ਔਰ ਆਉਣ ਵਾਲੇ ਸਮੇਂ 'ਚ ਕੀ ਡਾਇਰੈਕਸ਼ਨ ਲਏਗੀ ਪੰਜਾਬ ਦੀ ਇਲੈਕਸ਼ਨ। ਭਾਅ ਜੀ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜਸ਼ੀ। ਔਰ ਪੰਜਾਬ ਦੀ ਇਲੈਕਸ਼ਨ ਵਾਕਈ ਬੜਾ ਇੰਟਰਸਟ ਹੈ ਜੀ, ਵਰਲਡਵਾਈਡ ਇੰਟਰਸਟ ਹੈ ਉਹਦੇ ਵਿੱਚ, ਔਰ ਇਹ ਵੀ ਸੋਚਿਆ ਜਾ ਰਿਹਾ ਜੀ ਕਿ ਵੱਡੀ ਚੇਂਜ ਲੋਕ ਐਕਸਪੈਕਟ ਕਰ ਰਹੇ ਨੇ, ਪਰ ਅਜੇ ਤੱਕ ਕੋਈ ਬਹੁਤਾ ਕਹਿਣਾ ਪੋਸੀਬਲ ਨਹੀਂ। ਰੀਜ਼ਨ ਇਹ ਹੈ ਕਿ ਅਜੇ ਲੋਕ ਬਹੁਤ ਕੁਛ ਜਾਣਨਾ ਚਾਹੁੰਦੇ ਆ, ਬਹੁਤ ਕੁਛ ਪਰਖਣਾ ਚਾਹੁੰਦੇ ਆ। ਬੇਸ਼ੱਕ ਚੰਗਾ ਸਮਾਂ ਹੈ ਕਿਉਂਕਿ ਇੱਕ ਤਾਂ ਮੌਸਮ ਵੀ ਵਧੀਆ ਹੋ ਜਾਵੇਗਾ ਅਤੇ ਫਸਲਾਂ ਤੋਂ ਵੀ ਲੋਕ ਵਿਹਲੇ ਨੇ, ਇੰਟਰਸਟ ਬਹੁਤ ਹੈ, ਪਰ ਅਖੀਰਲੇ ਹਫ਼ਤੇ 'ਚ ਜਾ ਕੇ ਜਿਹੜੀ ਅਸਲੀ ਸੈਟਅਪ ਹੋਵੇਗੀ ਇਲੈਕਸ਼ਨ ਕੇ ਕਿੱਦਾਂ ਨੂੰ ਇਹਦਾ ਰੁੱਖ ਜਾ ਰਿਹਾ ਜੀ। ਅਤੇ ਬੁੱਟਰ ਸਾਹਿਬ, ਦੇਖੋ ਅੱਜ ਜਿਹੜੀ ਕਾਰਗੁਜ਼ਾਰੀ ਜੇ ਦੇਖੀ ਜਾਏ ਇਲੈਕਸ਼ਨ ਦੀ, ਉਹਦੇ 'ਚ ਇਹ ਹੈ ਕਿ ਜਿਹੜੀ ਅਕਾਲੀ ਸਰਕਾਰ ਹੈ ਉਹਦੇ ਲੋਕ ਬਿਲਕੁਲ ਉਹਦੇ ਤੰਗ ਆਏ ਦੇ ਸੀਗੇ, ਔਰ ਉਹਨਾਂ ਦੇ ਜਿਹੜੀ ਹੈ ਪੂਰੀ ਓਪੋਜੀਸ਼ਨ ਕਰ ਰਹੇ ਹੈ। ਅੱਜ ਦੀ ਜਿਹੜੀ ਲੜਾਈ ਹੈ ਉਹ ਕਹਿੰਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੁਸ਼ਕਲ ਹੈ ਜੀ ਕਹਿਣਾ ਇਹੋ ਗੱਲ। ਦੇਖੋ ਅਜੇ ਅਕਾਲੀਆਂ ਨੂੰ ਇਸ ਤਰ੍ਹਾਂ ਨਹੀਂ ਆਪਾਂ ਆਊਟ ਕਰ ਸਕਦੇ, ਕਿਉਂਕਿ ਰੀਜ਼ਨ ਇਹ ਹੈ ਕਿ ਐਂਟੀ ਇਨਕੰਬੈਂਸੀ ਬਹੁਤ ਹੈ, ਨੋ ਡਾਊਟ, ਪਰ ਉਹ ਡਿਵਾਈਡ ਵੀ ਹੋ ਰਹੀ ਹੈ, ਇੱਕ ਥਾਂ ਦੋ ਥਾਂ ਨਹੀਂ 3-4 ਜਗ੍ਹਾ ਡਿਵਾਈਡ ਹੋ ਰਹੀ, ਬੇਸ਼ੱਕ 1-2% ਹੀ ਹੋ ਰਹੀ ਹੈ, ਪਰ ਵੱਡੇ ਪੱਧਰ 'ਤੇ ਡਿਵੀਜ਼ਨ ਹੈ ਐਂਟੀ ਇਨਕੰਬੈਂਸੀ ਦੀ। ਅਤੇ ਦੂਜੇ ਪਾਸੇ ਦੋ ਪਾਰਟੀਆਂ ਇਕੱਠੀਆਂ ਨੇ, BJP ਅਤੇ ਅਕਾਲੀ ਦਲ ਦੋਨੋਂ ਇਕੱਠੀਆਂ ਰਲ ਕੇ, ਉਹਨਾਂ ਦਾ ਵੋਟ ਬੈਂਕ 'ਚ ਸਾਂਝਾ। ਸੋ ਇਸ ਕਰਕੇ ਇਹ ਨਹੀਂ ਵੀ ਆਪਾਂ ਕਹਿ ਦਈਏ ਆਊਟ ਹੋ ਚੁੱਕੇ ਹੈ। ਹਾਂ, ਉਹਨਾਂ ਦੇ ਖਿਲਾਫ ਲੋਕਾਂ ਦਾ ਰੁਝਾਨ ਬਹੁਤ ਹੈ, ਲੋਕ ਪਰੇਸ਼ਾਨ ਬਹੁਤ ਹੈ, ਪਰ ਸਟਿਲ ਉਹਨਾਂ ਦਾ ਵੋਟ ਬੈਂਕ ਸਮ ਬਟ ਇੰਟੈਕਟ ਹੈ, ਤਿਕੋਣਾ ਮੁਕਾਬਲਾ ਹੈ ਜੀ ਅੱਜ ਵੀ, ਅੱਜ ਦੀ ਡੇਟ ਵਿੱਚ ਵੀ। ਬੁੱਟਰ ਸਾਹਿਬ, 2007 ਦੀ ਇਲੈਕਸ਼ਨ ਤੋਂ ਬਾਅਦ ਜਿਹੜੀ ਕਹਿੰਦੇ ਉੱਤਰ ਕਾਟੋ ਮੈਚ ਚੜ੍ਹਨਾ, 10 ਸਾਲ ਜਿਹੜੇ ਉਹਨਾਂ ਨੇ ਇਕੱਠੇ ਹੈ, ਔਰ ਇਦੋਂ ਸਾਲ ਕੁ ਪਹਿਲੇ ਜਦੋਂ ਆਮ ਆਦਮੀ ਪਾਰਟੀ ਹੁੰਮ ਹਮਾ ਕੇ ਪੰਜਾਬ 'ਚ ਪਹੁੰਚੀ, ਉਦੋਂ ਇਹ ਕਿਆਸ ਲੱਗ ਰਹੇ ਸੀ ਕਿ 97 ਤੋਂ 100 ਜਿਹੜੀਆਂ ਸੀਟਾਂ 117 'ਚੋਂ ਲੈ ਕੇ ਜਾਣਗੇ। ਅੱਜ ਦੇ ਕੀ ਭਖਵੇਂ ਮਸਲੇ ਹੈ, ਉਹਦਾ ਕੀ ਪਾਰਟੀ ਨੂੰ ਢਾਲ ਗਈ ਹੈ? ਦੇਖੋ ਜੀ, ਗੱਲ ਇਸ ਤਰ੍ਹਾਂ ਹੈ ਕਿ ਇੱਕ ਸਮਾਂ ਸੀ ਅਗਰ ਉਦੋਂ ਇਲੈਕਸ਼ਨ ਹੋ ਜਾਂਦੀ ਤਾਂ ਬਹੁਤ ਗ੍ਰਾਫ ਉੱਪਰ ਸੀ ਆਮ ਆਦਮੀ ਪਾਰਟੀ ਦਾ, ਪਰ ਕੁਝ ਕੁ ਫੈਸਲੇ ਅਤੇ ਕੁਝ ਕੁ ਵੋਟਾਂ ਸੀਟਾਂ ਦੀ ਵੰਡ ਅਤੇ ਉਹਦੇ ਨਾਲ ਨਾਲ ਕੁਝ ਕੁ ਇਸ਼ੂ ਇਹੋ ਜਿਹੇ ਰੇਜ਼ ਹੋਏ ਜਿਹਦੇ ਨਾਲ ਲੋਕ ਵਿਚਾਰ ਕਰਨ ਲੱਗ ਪਏ। ਅਜੇ ਵੀ ਇਹ ਹੋ ਸਕਦਾ, ਪੋਸੀਬਿਲਿਟੀ ਹੈ ਕਿ ਦੁਬਾਰਾ ਉਹਨਾਂ ਦੀ ਕੈਂਪੇਨ ਜਿਹੜੀ ਹੈ ਉਹ ਇੱਕ ਹਾਈਪ ਕ੍ਰੀਏਟ ਹੋ ਜਾਏ, ਉਹ ਦੁਬਾਰਾ ਫਿਰ ਕਿਕ ਇਨ ਕਰ ਜਾਣ, ਪਰ ਹੁਣ ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਪਰ ਅੱਜ ਦੇ ਦਿਨ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਿਹੜੇ ਮੁੱਦੇ ਉੱਠੇ ਨੇ ਜਾਂ ਜਿਸ ਤਰ੍ਹਾਂ ਦਾ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਸਿਚੁਏਸ਼ਨ ਪੈਦਾ ਹੋਈ ਹੈ, ਉਹਦੇ ਨਾਲ ਗ੍ਰਾਫ ਉਹਨਾਂ ਦਾ ਕਾਫੀ ਥੱਲੇ ਗਿਆ ਜੀ। ਬੁੱਟਰ ਸਾਹਿਬ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਜਿਹੜਾ CM ਦਾ ਕੈਂਡੀਡੇਟ ਹੈ ਉਹਨੂੰ ਲੈ ਕੇ ਬੜਾ ਰੌਲਾ ਪੈ ਰਿਹਾ। ਅਮਰਿੰਦਰ ਕੈਪਟਨ ਨੂੰ ਵੀ ਹਾਲੀ ਡਿਕਲੇਅਰ ਨਹੀਂ ਕੀਤਾ ਕਿ ਉਹ CM ਬਣੂਗਾ। ਇਹਦੇ ਨਾਲ ਨਾਲ ਅੱਜ ਅਮਰਿੰਦਰ ਸਿੰਘ ਦਾ ਬਿਆਨ ਸੀਗਾ ਕਿ ਜਿਹੜਾ ਕੇਜਰੀਵਾਲ ਹੈ ਉਹ ਸਨੀਕੀ ਲਿਟਲ ਬੋਏ ਹੈ, ਉਹ ਕੋਸ਼ਿਸ਼ ਕਰੂਗਾ ਜੇ ਉਹਦੀ ਸਰਕਾਰ ਆ ਜਾਂਦੀ ਹੈ ਕਿ ਬਾਅਦ 'ਚ ਕਿਤੇ ਹਮਲਾ ਮਾਰ ਕੇ CM ਪੰਜਾਬ ਦਾ ਬਣੇ। ਔਰ ਇਹਦੇ ਨਾਲ ਨਾਲ ਜਿਹੜਾ ਅਕਾਲੀ ਹੈ, ਦੇਖੋ ਆਪਣੇ ਬਜ਼ੁਰਗ ਹੋ ਗਏ ਹੁਣ, ਵੱਡੇ ਬਾਦਲ ਸਾਹਿਬ 89 ਈਅਰ ਓਲਡ ਹੋ ਗਏ ਹੈ, ਇਹ ਸਾਰੇ ਸਿਨੈਰੀ ਨੂੰ ਦੇਖਦੇ ਹੋਏ ਤੁਸੀਂ ਕੀ ਸਮਝਦੇ ਹੋ ਕਿਹੜਾ CM ਹੋਣਾ ਚਾਹੀਦਾ? ਦੇਖੋ ਜੀ, ਗੱਲ ਇਸ ਤਰ੍ਹਾਂ ਹੈ, ਬੜਾ ਔਖਾ ਕਹਿਣਾ, ਪਰ ਜਿਹੜਾ ਪਹਿਲੀ ਗੱਲ ਤਾਂ ਜਿਹੜੀ ਭਾਸ਼ਾ ਉਹਨਾਂ ਨੇ ਵਰਤੀ ਜਾਂ ਕੋਈ ਵੀ ਲੀਡਰ ਵਰਤਦਾ ਉਹਦੇ ਮੈਂ ਹੱਕ 'ਚ ਨਹੀਂ ਹੈ, ਭਾਸ਼ਾ ਜਿਹੜੀ ਹੈ ਪਾਰਲੀਮੈਂਟਰੀ ਜਿਹੜੀ ਭਾਸ਼ਾ ਨਹੀਂ ਹੈ। ਦੂਜੀ ਗੱਲ ਇਹ ਹੈ ਜੀ ਕਿ ਕੇਜਰੀਵਾਲ ਸਾਹਿਬ ਕਦੀ ਵੀ ਸਿੱਧੇ ਤੌਰ 'ਤੇ ਪੰਜਾਬ ਦਾ ਚੀਫ ਮਿਨਿਸਟਰ ਨਹੀਂ ਬਣਨਾ ਚਾਹੁੰਗੇ, ਕਿਉਂਕਿ ਉਹਨਾਂ ਦੀ ਅੱਖ ਉੱਪਰ ਹੈ, ਉਹਨਾਂ ਦੀ ਅੱਖ ਵੱਡੀ ਕੁਰਸੀ 'ਤੇ ਹੈ। ਉਹ ਇਹ ਜ਼ਰੂਰ ਚਾਹੁੰਗੇ ਕਿ ਪੰਜਾਬ ਜਿਹੜਾ CM ਬਣੇ ਉਹਨਾਂ ਦੇ ਕਹਿਣੇ 'ਚ ਚੱਲੇ, ਉਹ ਪੰਜਾਬ ਦੇ ਵਿੱਚ ਰੂਲ ਕਰਨ, ਪਰ ਇਨਡਾਇਰੈਕਟਲੀ ਉਹਨਾਂ ਦਾ ਕਹਿਣੇਦਾਰ, ਉਹਨਾਂ ਦਾ ਵਫ਼ਾਦਾਰ ਬੰਦਾ ਪੰਜਾਬ 'ਚ ਬੈਠਾ ਵਾ, ਜਿਵੇਂ ਬਾਕੀ ਪਾਰਟੀਆਂ ਵਿੱਚ ਚਾਹੁੰਦੀਆਂ। ਇਹ ਇੱਕ ਸੈਂਟਰ ਦੀਆਂ ਜਿਹੜੀਆਂ ਸੈਂਟਰਲੀ ਰਨ ਪਾਰਟੀਆਂ, ਉਹਨਾਂ ਸਾਰਿਆਂ ਦੀ ਇੱਕ ਮੁਸ਼ਕਲ ਹੈ, ਉਹ ਆਪਣੇ ਲੀਡਰਸ ਨੂੰ ਗਰੂਮ ਹੋਣ ਦਾ ਸਮਾਂ ਨਹੀਂ ਦਿੰਦੀਆਂ। ਉਹ ਕੋਸ਼ਿਸ਼ ਕਰਦੀਆਂ ਕਿ ਸਾਡੀਆਂ ਕਠਪੁਤਲੀਆਂ ਵੱਖ ਵੱਖ ਸੂਬਿਆਂ 'ਚ ਬੈਠਣ, ਜਦਕਿ ਉਹਦਾ ਖਮਿਆਜ਼ਾ ਹੀ ਬਹੁਤ ਭੁਗਤਿਆ ਇਹਨਾਂ ਪਾਰਟੀਆਂ ਨੇ। ਔਰ ਖੇਤਰੀ ਪਾਰਟੀਆਂ ਦੇ ਤਕੜੇ ਹੋਣ ਦਾ ਕਾਰਨ ਵੀ ਇਹੋ ਹੈ ਕਿ ਜਿਹੜੀਆਂ ਸੈਂਟਰਲੀ ਰਨ ਪਾਰਟੀਆਂ ਨੇ ਉਹ ਹਮੇਸ਼ਾ ਆਪਣੇ ਬੰਦਿਆਂ ਨੂੰ ਖੁਦ ਕਮਜ਼ੋਰ ਰੱਖਦੀਆਂ। ਔਰ ਇਸੇ ਹੀ ਗੱਲ 'ਤੇ ਕੇਜਰੀਵਾਲ ਸਾਹਿਬ ਵੀ ਚੱਲ ਰਿਹਾ। ਦੂਜੀ ਗੱਲ ਰਹੀ ਕੈਪਟਨ ਦੀ, ਬੇਸ਼ੱਕ ਅਨਾਊਂਸ ਨਹੀਂ ਹੋਇਆ, ਪਰ ਕਾਂਗਰਸ ਨੇ ਅੱਜ ਤੱਕ ਕੈਂਪੇਨ ਉਹਦੇ ਦੁਆਲੇ ਬਿਲਟ ਕੀਤੀ ਹੈ। ਸੋ ਇਸ ਕਰਕੇ ਕੈਪਟਨ ਨੂੰ ਵੀ ਉਹ ਲੀਸ਼ ਤੋਂ ਨਹੀਂ ਛੱਡਣਾ ਚਾਹੁੰਦੇ ਕਿ ਸਾਰੇ ਹੱਕ ਇਹਨੂੰ ਹੁਣੇ ਦੇ ਦਈਏ। ਉਹ ਜਦੋਂ ਸੀਟਾਂ ਦੀ ਵੰਡ ਹੋ ਗਈ, ਥੋੜ੍ਹਾ ਬਹੁਤ ਉਹਨਾਂ ਦਾ ਕਿਹਾ ਵੀ ਚੱਲ ਗਿਆ, ਉਹ ਤੋਂ ਬਾਅਦ ਉਹ ਅਨਾਊਂਸ ਕਰ ਦੇਣਗੇ ਜੀ। ਸੋ ਇਸ ਕਰਕੇ ਓਬਵੀਅਸ ਹੀ ਹੈ ਉਹ। ਅਤੇ ਬਾਕੀ ਰਹੀ ਬਾਦਲ ਸਾਹਿਬ ਦੀ ਗੱਲ, ਬਾਦਲ ਸਾਹਿਬ ਨੇ ਦੇਖੋ ਜੀ 5 ਵਾਰੀ ਮੁੱਖ ਮੰਤਰੀ ਰਹੇ ਹੈ, ਕੋਈ ਛੋਟੀ ਗੱਲ ਨਹੀਂ।
ਪਿੰਡ ਦਾ ਸਰਪੰਚ ਨਹੀਂ ਦੂਜੀ ਵਾਰੀ ਬਣ ਹੁੰਦਾ ਜੀ। ਔਰ ਦੂਜੀ ਗੱਲ ਇਹ ਹੈ ਜੀ ਕਿ ਉਹਨਾਂ ਦਾ ਜਿਹੜਾ ਉਹਨਾਂ 'ਚ ਇੱਕ ਠਰੰਮਾ ਹੈ ਉਹ ਉਹਨਾਂ ਦਾ ਗੁਣ ਹੈ ਬਹੁਤ ਬੜਾ ਜਿਹੜਾ ਕੋਈ ਖੋ ਨਹੀਂ ਸਕਦਾ। 10 ਸਾਲ ਦੀ ਐਂਟੀ ਇਨਕੰਬੈਂਸੀ ਹੈ ਔਰ ਉਹਦੇ ਵਿੱਚ ਜਿਹੜਾ ਬਾਦਲ ਸਾਹਿਬ 'ਤੇ ਸਿੱਧਾ ਇਲਜ਼ਾਮ ਘੱਟ ਆ, ਆਸ ਪਾਸ ਇਲਜ਼ਾਮ ਬਹੁਤ ਹੈ ਅਤੇ ਇੱਕੋ ਇਲਜ਼ਾਮ ਉਹਨਾਂ 'ਤੇ ਲੱਗਦਾ ਪੁੱਤਰ ਮੋਹ ਦਾ, ਔਰ ਉਵੇਂ ਲੱਗਦਾ ਕਿਸੇ ਬਾਪ 'ਤੇ ਲੱਗ ਸਕਦਾ। ਅਤੇ ਪਰ ਦੂਜੇ ਪਾਸੇ ਇਹ ਗੱਲ ਹੈ ਜੀ ਕਿ ਨਵਾਂ ਸਰਕਾਰ ਚੁਣ ਹੋਵੇਗੀ, ਨਵਾਂ CM ਆਵੇਗਾ, ਉਹ ਤੋਂ ਪੰਜਾਬੀਆਂ ਨੂੰ ਐਕਸਪੈਕਟੇਸ਼ਨ ਬਹੁਤ ਆ। ਹੋਪਫੁਲੀ ਇੱਕ ਚੰਗੀ ਚੋਣ ਪੰਜਾਬੀ ਕਰਨ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਬਦਲਿਆ ਜਾ ਸਕੇ ਜੀ। ਨਾਲੇ ਪੁੱਟਰ ਸਾਹਿਬ, ਤੁਸੀਂ ਦੇਖੋਗੇ ਰਿਪੋਰਟਾਂ ਵੀ ਆ ਰਹੀਆਂ, ਸੋਸ਼ਲ ਮੀਡੀਆ 'ਚ ਵੀ ਆ ਰਹੀਆਂ ਕਿ ਕਿਤੇ ਪਥਰਾਵ ਹੋ ਰਹੇ ਹੈ, ਕਿਤੇ ਜੁੱਤੀ ਮਾਰੀ ਜਾ ਰਹੀ ਹੈ ਬਾਦਲ ਸਾਹਿਬ ਦੀ ਜਿਹੜੀ ਐਨਕ 'ਤੇ ਲੱਗੀ। ਉਦੋਂ ਬਾਅਦ ਅੱਜ ਬੀਬੀ ਹਰਸਿਮਰਤ ਦਾ ਜਿਹੜਾ ਸੀਗਾ ਬਿਆਨ ਸੀਗਾ ਕਿ ਜੇ ਅਕਾਲੀ ਜਾਂਦੇ ਵਰਕਰ ਭੜਕ ਗਏ ਤਾਂ ਉਹ ਜਿੰਦੇ ਨਹੀਂ ਰਹਿਣ ਦੇਣਗੇ ਆਮ ਆਦਮੀ ਪਾਰਟੀ ਨੂੰ। ਤੁਸੀਂ ਕੀ ਫੀਲ ਕਰਦੇ ਹੋ ਕਿ ਜਿਹੜੀ ਵਾਇਲੈਂਸ ਹੈ ਉਹ ਉੱਚੇ ਸਤਰ 'ਤੇ ਜਾਊਗੀ? ਡੈਮੋਕ੍ਰੇਸੀ 'ਚ ਵਾਇਲੈਂਸ ਦਾ ਕਿਤੇ ਥਾਂ ਨਹੀਂ। ਇਹ ਤਾਂ ਸਾਰੀਆਂ ਪਾਰਟੀਆਂ ਦੇ ਇੱਕ ਇੰਟਰਸਟ ਵਿੱਚ ਗੱਲ ਜਾਂਦੀ ਹੈ ਕਿ ਜਿੰਨੀਆਂ ਵੀ ਸਮੂਥ ਇਹ ਕੈਂਪੇਨ ਅਤੇ ਇਹ ਸਾਰੀਆਂ ਪੋਲਿੰਗ ਹੋ ਜਾਣ ਓਨੀ ਚੰਗੀ ਗੱਲ ਹੈ। ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਸਾਰੇ ਵਰਕਰਸ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਬਿਲਕੁਲ ਇਹੋ ਜਿਹੀ ਗੱਲ ਨੂੰ ਉਤਸ਼ਾਹਿਤ ਨਾ ਕਰੋ। ਬੇਸ਼ੱਕ ਤੁਸੀਂ ਨਹੀਂ ਕਰਦੇ, ਮੈਂ ਇਹ ਨਹੀਂ ਕਹਿੰਦਾ ਤੁਸੀਂ ਕਰਦੇ ਹਾਂ, ਪਰ ਜਦੋਂ ਹੋ ਜਾਂਦੀ ਹੈ ਗੱਲ ਉਹਨੂੰ ਵੀ ਇਸ ਤਰੀਕੇ ਨਾਲ ਪ੍ਰਮੋਟ ਨਾ ਕਰੋ ਕਿ ਚੰਗਾ ਹੋਇਆ, ਕਿਉਂਕਿ ਜੇ ਵਾਇਲੈਂਸ ਸ਼ੁਰੂ ਹੁੰਦੀ ਹੈ ਕਿਹਦੇ ਹੱਕ 'ਚ ਜਾਣੀ ਕੁਛ ਨਹੀਂ ਪਤਾ ਹੁੰਦਾ। ਕਿਉਂਕਿ ਦੂਜੀਆਂ ਦੋਨੇ ਪਾਰਟੀਆਂ ਜਿਹੜੀਆਂ ਉਹ ਗਰਾਸ ਰੂਟ 'ਤੇ ਬੜੀਆਂ ਇੰਟੈਕਟ ਹੈਗੀਆਂ, ਉਹਨਾਂ ਦੇ ਗਰੁੱਪ ਪੁਰਾਣੇ ਬਣੇ ਆ, ਉਹਨਾਂ ਦੇ ਸਮਰਥਕ ਪਿੰਡ ਪਿੰਡ 'ਚ ਬੈਠੇ ਆ, ਔਰ ਪਿੱਛੇ ਜਿਹੇ ਜੋ ਖਬਰਾਂ ਆਉਂਦੀਆਂ ਉਹਦੇ ਮੁਤਾਬਕ ਕੁਝ ਲੱਠਮਾਰ ਵੀ ਹੈਗੇ ਆ। ਸੋ ਕਹਿਣ ਦਾ ਭਾਵ ਹੈ ਜੀ ਕਿ ਸਾਰੀਆਂ ਪਾਰਟੀਆਂ ਦੇ ਇਨਕਲੂਡਿੰਗ ਆਪਣਾ ਆਮ ਆਦਮੀ ਪਾਰਟੀ, ਉਹਨਾਂ ਦਾ ਇਹ ਇੰਟਰਸਟ ਬੈਸਟ ਇੰਟਰਸਟ ਜਾਂਦੀ ਹੈ ਕਿ ਉਹਦੇ 'ਚ ਕੋਈ ਵਾਇਲੈਂਸ ਨਾ ਹੋਵੇ ਅਤੇ ਨਾਲੇ ਜਿਹੜੀ ਇਲੈਕਸ਼ਨ ਆ ਬੜੀ ਸਮੂਥ ਹੋਵੇ। ਵੈਸੇ ਹੀ ਡੈਮੋਕ੍ਰੇਸੀ 'ਚ ਕਿਉਂਕਿ ਬਟਨ ਦੱਬ ਕੇ ਜਿਹੜੀ ਸਜ਼ਾ ਦਿੱਤੀ ਜਾ ਸਕਦੀ ਉਹ ਕਿਸੇ ਪੱਥਰ ਨਾਲ ਜਾਂ ਕਿਸੇ ਜੁੱਤੀ ਨਾਲ ਜਾਂ ਕਿਸੇ ਧੱਕੇ ਮੁੱਕੇ ਰਹਿਣ ਦਿੱਤੀ ਜਾ ਸਕਦੀ। ਸੋ ਪੰਜਾਬੀਆਂ ਨੂੰ ਬਟਨ ਦੱਬਣ ਲੱਗਿਆਂ ਸੁਚੇਤ ਰਹਿਣ ਦੀ ਲੋੜ ਆ, ਨਾ ਕਿ ਵਾਇਲੈਂਸ ਵੱਲ ਨੂੰ ਰੁੱਖ ਕਰਨ ਦੀ ਲੋੜ ਨਹੀਂ ਹੈ ਜੀ। ਜਿੰਨੇ ਹਾਸੇ ਕਲਾਕਾਰ ਆ ਜੀ ਉਹ ਆਮ ਆਦਮੀ ਪਾਰਟੀ 'ਚ ਇਕੱਠ ਕਰ ਰਹੇ ਆ ਨੌਟੰਕੀ ਨਾਲ, ਕੀ ਤੁਸੀਂ ਸੋਚਦੇ ਹੋ ਕਿ ਉਹ ਵੋਟ ਬੈਂਕ ਨੂੰ ਪਰਸੂਏਟ ਕਰ ਪਾਉਣਗੇ ਤਾਂ ਕਿ ਵੋਟਾਂ ਉਹਨਾਂ ਨੂੰ ਪੈ ਸਕਣ? ਦੇਖੋ ਜੀ, ਗੱਲ ਇਸ ਤਰ੍ਹਾਂ ਹੈ ਕਿ ਉਹਨਾਂ ਦਾ ਜਦ ਆਪਾਂ ਦੇਖੀਏ, ਪਹਿਲਾਂ ਕਿੱਤਾ ਜ਼ਰੂਰ ਰਿਹਾ, ਉਹ ਇੱਕ ਕਾਮੇਡੀ ਆਰਟਿਸਟ ਰਹੇ ਆ, ਭਗਵੰਤ ਮਾਨ ਉਹਨਾਂ ਵਿੱਚੋਂ ਇੱਕ ਡਿਫਰੈਂਟ ਲੈਵਲ 'ਤੇ ਇਮਰਜ ਕਰ ਰਹੇ ਆ। ਉਹਨਾਂ ਵੱਲ ਦੇਖ ਕੇ ਜਿਵੇਂ ਸਾਡਾ ਪੰਜਾਬੀ ਦਾ ਰੁਝਾਨ ਹੈ ਕਿ ਜੇ ਇੱਕ ਸਕਸੈਸਫੁਲ ਬਿਜ਼ਨਸ ਹੋ ਗਿਆ ਤੁਸੀਂ 4-5 ਉਹਦੇ ਪਿੱਛੇ ਹੋਰ ਖੋਲ੍ਹਣੇ ਆ, ਜਦੋਂ ਲੱਗਾ ਕਿ ਇੱਕ ਕਮੇਡੀਅਨ ਆਪਣਿਆਂ ਨੂੰ ਚੰਗੇ ਤਰੀਕੇ ਨਾਲ ਲੀਡਰਾਂ ਵੱਲ ਨੂੰ ਕਨਵਰਟ ਕਰ ਗਿਆ ਤਾਂ ਬਹੁਤ ਹੀ ਉਸ ਲਾਈਨ 'ਚ ਲੱਗ ਗਿਆ ਕਿ ਅਸੀਂ ਵੀ ਸ਼ਾਇਦ ਉਹਦੇ ਵਾਂਗ ਅੱਗੇ ਵੱਧ ਜਾਣਾ। ਇਹ ਸਮਾਂ ਦੱਸੇਗਾ, ਪਰ ਇਹ ਗੱਲ ਜ਼ਰੂਰ ਹੈ ਕਿ ਇੱਕ ਸੀਰੀਅਸ ਲੀਡਰ ਦੀ ਜ਼ਰੂਰਤ ਜ਼ਰੂਰ ਹੈ। ਪੰਜਾਬ ਦੇ ਮੁੱਦੇ ਬਹੁਤ ਵੱਡੇ ਨੇ, ਭਾਸ਼ਾਈ ਮੁੱਦੇ, ਪਾਣੀਆਂ ਦੇ ਮੁੱਦੇ, ਨਸ਼ਿਆਂ ਦਾ ਮੁੱਦਾ, ਔਰ ਇਹਦੇ ਨਾਲ ਜਿਹੜੀ ਅਨਪਲਾਇਮੈਂਟ ਦਾ ਮੁੱਦਾ ਔਰ ਉੱਥੋਂ ਦੀ ਪੁਲਿਸਿੰਗ ਦਾ ਮੁੱਦਾ ਜਿਹੜਾ, ਇਹ ਬੜੇ ਸੀਰੀਅਸ ਮੁੱਦੇ ਨੇ। ਬੜੀ ਇੱਕ ਸੀਰੀਅਸ ਲੀਡਰ ਦੀ ਮੰਗ ਕਰ ਰਹੇ ਆ। ਇਹਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਵੀ ਚਾਹੀਦਾ ਕਿ ਇੱਕ ਲੀਡਰ ਗਰੂਮ ਕੀਤਾ ਜਾਵੇ ਜਿਹਦੇ 'ਤੇ ਹਰ ਬੰਦਾ ਇਹ ਕਹਿ ਸਕੇ ਕਿ ਯੈਸ, ਹੀ ਇਜ਼ ਦੀ ਕੇਪੇਬਲ ਪਰਸਨ, ਉਹ ਸਾਡੇ ਪੰਜਾਬ ਦੀ ਵਾਗਡੋਰ ਸਾਂਭ ਸਕਦਾ ਜੀ। ਪੰਜਾਬ ਦਾ ਦੁਖਾਂਤ ਹੈ ਬੁੱਟਰ ਸਾਹਿਬ ਕਿ 70% ਮੁੰਡੇ ਔਰ 35% ਕੁੜੀਆਂ ਜਿਹੜੀਆਂ ਨਸ਼ਿਆਂ 'ਚ ਪਈ ਜਾਂਦੀਆਂ, ਡਰੱਗ ਅਲਕੋਹਲ ਦੇ ਵਿੱਚ। ਕੌਣ, ਤੁਸੀਂ ਕੀ ਸੋਚਦੇ ਹੋ, ਕੌਣ ਜ਼ਿੰਮੇਵਾਰ ਹੈ ਸਾਰੀ ਗੱਲ ਲਈ? ਦੇਖੋ, ਇਹ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਆਪੂ ਨੂੰ ਵੀ ਦੇਖਣਾ ਚਾਹੀਦਾ, ਆਪਣੇ ਆਪ 'ਤੇ ਵੀ। ਵਿਦੇਸ਼ 'ਚ ਬੈਠਿਆਂ 'ਤੇ ਵੀ ਅਸੀਂ ਬਹੁਤਾ ਪਿੱਛੇ ਨਹੀਂ ਇਸ ਗੱਲ ਤੋਂ। ਠੀਕ ਹੈ, ਅੰਕੜੇ ਥੋੜ੍ਹੇ ਜਿਹੇ ਘੱਟ ਹੋਣਗੇ, ਪਰ ਵਿਦੇਸ਼ ਵਿੱਚ ਵੀ ਨਸ਼ਿਆਂ ਦਾ ਇੱਕ ਤਾਂ ਪੰਜਾਬੀ ਕਮਿਊਨਿਟੀ ਸਮੁੱਚੇ ਤੌਰ 'ਤੇ ਇਹ ਪਿਛਲੇ ਸਮੇਂ 'ਚ ਬਹੁਤ ਵੱਡੀ ਪੱਧਰ 'ਤੇ ਸਾਹਮਣੇ ਆਇਆ, ਪਰ ਪੰਜਾਬ ਇਹਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਗ੍ਰਸਤ ਹੋ ਗਿਆ ਨਸ਼ਿਆਂ 'ਚ। ਓਬੀਅਸਲੀ ਲੈਂਡ ਆਰਡਰ ਦੀ ਸਥਿਤੀ ਹੈ, ਓਬੀਅਸਲੀ ਜਿਹੜੀ ਵੱਖ ਵੱਖ ਲੀਡਰਾਂ ਦੇ ਨਾਂ ਲੱਗਦੇ ਨੇ ਕਿ ਉਹਨਾਂ ਵੱਲੋਂ ਸਮਰਥਨ ਦਿੱਤਾ ਜਾਂਦਾ ਇਹੋ ਜਿਹੇ ਵਪਾਰੀਆਂ ਨੂੰ, ਉਹ ਇੱਕ ਕਾਰਨ ਹੈ। ਸੋ ਜਿਹੜੀ ਸਿਆਸੀ ਕਾਰਨ ਹੈ ਉੱਥੋਂ ਸਾਰੇ ਸਿਸਟਮ ਦਾ, ਇੱਥੋਂ ਤੱਕ ਕਿ ਪਿੰਡ ਵਿੱਚ ਗਲੀ ਦਾ ਨੀਂਹ ਪੱਥਰ ਨਹੀਂ ਰੱਖਿਆ ਜਾ ਸਕਦਾ ਜਦ ਤੱਕ ਤੁਸੀਂ ਸਿਆਸੀ ਬੰਦਨ ਵਿੱਚ ਇਨਵੋਲਵ ਨਹੀਂ ਕਰਦੇ। ਜਿਹੜਾ ਇਹ ਆ, ਇਹ ਲੈਟ ਗੋ ਹੋਣ ਦੀ ਜ਼ਰੂਰਤ ਹੈ। ਪੁਲਿਸ ਔਰ ਬਾਕੀ ਇਦਾਰੇ ਇੰਡੀਪੈਂਡੈਂਟ ਤੌਰ 'ਤੇ ਕੰਮ ਕਰਨ, ਪਰ ਇੱਕ ਕਮਿਊਨਿਟੀ 'ਤੇ ਵੀ ਗੱਲ ਜ਼ਰੂਰ ਜਾਂਦੀ। ਕਮਿਊਨਿਟੀ ਨੂੰ ਅੱਜ ਮੁੜ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ ਕਿ ਕਿੱਥੇ ਮਿਸਟੇਕ ਸਾਡੇ ਤੋਂ ਹੋ ਰਹੀ ਹੈ, ਕਿਉਂ ਅਸੀਂ ਨਸ਼ਿਆਂ ਵੱਲੋਂ ਇੰਨੇ ਅਟਰੈਕਟਿਵ ਹੋ ਰਹੇ ਹਾਂ, ਕੀ ਕਾਰਨ ਹੈ, ਕਿਉਂ ਸਾਡੀ ਆਉਣ ਵਾਲੀ ਪੀੜ੍ਹੀ, ਕੀ ਕਦੇ ਸਾਡੀ ਕੋਈ ਕਮੀਆਂ ਤਾਂ ਨਹੀਂ ਹੈਗੀਆਂ, ਕੀ ਅਸੀਂ ਆਪਣੇ ਅਸੂਲਾਂ ਤੋਂ ਥਿੜਕ ਤਾਂ ਨਹੀਂ ਗਏ, ਕੀ ਪੈਸੇ ਦੇ ਦੌੜ 'ਚ ਅਸੀਂ ਆਪਣੇ ਪਰਿਵਾਰਕ ਵੈਲਿਊ ਨੂੰ ਤਾਂ ਨਹੀਂ ਖਤਮ ਕਰ ਰਹੇ। ਇਹ ਸਾਰਾ ਕੁਝ ਸਾਰੇ ਪੰਜਾਬੀਆਂ ਦੇ ਸਾਹਮਣੇ ਇੱਕ ਵੱਡਾ ਮੁੱਦਾ ਜੀ, ਔਰ ਇਹ ਦੇਸ਼ ਵਿਦੇਸ਼ 'ਚ ਹਰ ਜਗ੍ਹਾ ਵਿਚਾਰਨ ਦੀ ਲੋੜ ਹੈ। ਜਿਹੜੇ ਸਮੀਕਰਨ ਆ ਰਹੇ ਬੁੱਟਰ ਸਾਹਿਬ ਉਹ 'ਚ ਕਹਿੰਦੇ ਜਿਹੜੀ ਸ਼ਹਿਰੀ ਵੋਟ ਹੈ ਜੀ ਉਹ ਕਾਂਗਰਸ ਨਾਲ ਜੁੜੀ, ਜਿਹੜੀ ਪੇਂਡੂ ਵੋਟ ਆ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਹੈ। ਤੁਹਾਡੇ ਕੋਲ ਕੀ ਰਿਪੋਰਟਸ ਹੈ ਇਹਦੇ ਬਾਰੇ? ਰਿਪੋਰਟਸ ਇਹਦੇ ਤੁਹਾਡੀਆਂ ਕਿਸੇ ਹੱਦ ਤੱਕ ਠੀਕ ਨੇ ਜੀ, ਪਰ ਡਿਵੀਜ਼ਨ ਵੀ ਆ, ਮਾਝਾ, ਮਾਲਵਾ, ਦੁਆਬਾ, ਡਿਫਰੈਂਟ ਟਰੈਂਡ ਨੇ ਹਰ ਪਾਸੇ।
ਜਿਹੜੀ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਵੋਟ ਬੈਂਕ ਹੈ ਉਹ ਹੈ ਜੀ ਇੱਕ ਤਾਂ BSP ਵਾਲਾ, ਦੂਜਾ ਕਮਿਊਨਿਸਟ ਪਾਰਟੀਆਂ ਵਾਲਾ, ਤੀਜਾ ਉਹ ਹੈ ਜਿਹੜਾ ਐਂਟੀ ਇਨਕੰਬੈਂਸੀ ਜਿਹੜਾ ਅਕਾਲੀ ਦਲ ਨਾਲ ਟੁੱਟ ਕੇ ਆ ਰਿਹਾ। ਇਹ ਗੱਲ ਤੁਹਾਡੀ ਕਿਸੇ ਹੱਦ ਤੱਕ ਠੀਕ ਹੈ, ਪਰ ਜਿਹੜਾ 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 ਦਲਿਤ ਭਾਈਚਾਰਾ ਔਰ ਗਰੀਬ ਲੋਕ ਨੇ ਉਹ ਬਹੁਤ ਆਮ ਆਦਮੀ ਪਾਰਟੀ ਨਾਲ ਜੁੜੇ ਆ, ਔਰ ਇਹਨੂੰ ਹੋਰ ਵੱਡੇ ਲੈਵਲ 'ਤੇ ਲਿਜਾਣ ਵਾਸਤੇ ਉਹਨਾਂ ਨੂੰ ਹੋਰ ਲੀਡਰ ਪੈਦਾ ਕਰਨ ਦੀ ਲੋੜ ਆ, ਔਰ ਇਕੱਲਾ ਮਾਝਾ ਨਹੀਂ, ਇਕੱਲਾ ਮਾਲਵਾ ਨਹੀਂ, ਮਾਝੇ ਦੁਆਬੇ 'ਤੇ ਫੋਕਸ ਕਰਨ ਦੀ ਲੋੜ ਹੈ ਤਾਂ ਕਿ ਸਮੁੱਚੇ ਜਿਹੜਾ ਪੰਜਾਬ ਦੇ ਵਿੱਚ ਆਪਣੇ ਲੀਡਰ ਖੜ੍ਹੇ ਚੰਗੇ ਲੀਡਰ ਖੜ੍ਹੇ ਕੀਤੇ ਜਾ ਸਕਣ। ਔਰ ਜਿੱਤ ਕਿਸੇ ਇੱਕ ਏਰੀਏ 'ਚੋਂ ਨਹੀਂ ਹੋਣੀ, ਜਿੱਤ ਸਮੁੱਚੇ ਪੰਜਾਬ 'ਚ ਹੋਵੇਗੀ ਤਾਂ ਗੌਰਮੈਂਟ ਬਣਨੀ ਹੈ ਜੀ। ਅਗਰ ਤੁਸੀਂ ਇੱਕ ਪਾਸੇ ਤੋਂ ਜਿੱਤ ਕੇ ਆਖੋ ਕਿ ਗੌਰਮੈਂਟ ਬਣਨੀ, ਨਹੀਂ ਬਣ ਸਕਦੀ। ਸੋ ਇਸ ਕਰਕੇ ਇਹਦਾ ਹੋਰ ਵਿਸਥਾਰ ਕਰਨ ਦੀ ਲੋੜ ਹੈ, ਜਿਹੜਾ ਕਿ ਹੋਪਫੁਲੀ ਉਹ ਕਰਨਗੇ ਜੀ। ਬੁੱਟਰ ਸਾਹਿਬ, ਤੁਸੀਂ ਇੱਕ ਜ਼ਿੰਮੇਦਾਰ ਮੀਡੀਆ ਦੇ ਬੰਦੇ ਹੋ, 20 ਸਾਲ ਤੋਂ ਮੀਡੀਆ ਦੇ ਵਿੱਚ ਹੋ, ਔਰ ਉੱਥੇ ਦਾ ਮੀਡੀਆ ਦੀ ਕਾਰਗੁਜ਼ਾਰੀ ਜਿਹੜੀ ਹੈ ਉੱਥੇ ਤਾਂ ਬੜੇ ਕਿੰਤੂ ਪਰੰਤੂ ਹੈ। ਸੋ ਇਹ ਸਾਰੀ ਗੱਲ ਨੂੰ ਦੇਖਦੇ ਹੋਏ ਜਿਹੜੇ ਸਾਡੇ ਦਰਸ਼ਕ ਹੈਗੇ ਹਾਰਮਨੀ TV 'ਤੇ, ਉਹਨਾਂ ਲਈ ਤੁਹਾਡਾ ਕੀ ਸੰਦੇਸ਼ ਹੈ? ਸੰਦੇਸ਼ ਹੈ ਜੀ ਕਿ ਸਭ ਤੋਂ, ਫਿਰ ਮੈਂ ਗੱਲ ਉੱਥੇ ਹੀ ਲਿਆਵਾਂਗਾ, ਸਭ ਤੋਂ ਵੱਡਾ ਦੋਸ਼ੀ ਹੈ ਰੀਡਰ, ਲਿਸਨਰ ਅਤੇ ਜਿਹੜਾ 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 ਵਿਊਰ ਹੈ ਜੀ। ਅਗਰ ਉਹਨਾਂ, ਕਿਉਂਕਿ ਮੀਡੀਆ ਦੀ ਜਿਹੜੀ ਕਸਵੱਟੀ ਉਹ ਨੇ, ਉਹਦੇ ਰੀਡਰ ਨੇ, ਉਹਦੇ ਵਿਊਅਰ ਨੇ, ਉਹਦੇ ਲਿਸਨਰ ਨੇ, ਅਗਰ ਉਹ ਅਵੇਅਰ ਨੇ, ਉਸ ਮੀਡੀਏ ਨੂੰ ਮੀਡੀਏ 'ਚ ਫਰਕ ਕਰਨਾ ਜਾਣ ਗਏ ਕਿ ਕਿਹੜਾ ਮੀਡੀਆ ਸਿੰਸੀਅਰ ਮੀਡੀਆ ਅਤੇ ਕਿਹੜਾ ਮੀਡੀਆ ਜਿਹੜਾ ਕਮਿਊਨਿਟੀ ਨੂੰ ਦੋ ਫੜ ਕਰ ਰਿਹਾ, ਜਾਂ ਜਿਹੜਾ ਜਿਹੜਾ ਸੈੱਲ ਆਊਟ ਕਰ ਰਿਹਾ, ਜਾਂ ਜਿਹੜਾ ਸਾਨੂੰ ਮਿਸਇਨਫੋਰਮੇਸ਼ਨ ਦੇ ਰਿਹਾ, ਜਾਂ ਜਿਹੜਾ ਆਪਣੇ ਅਸੂਲਾਂ ਤੋਂ ਥਿੜਕ ਗਿਆ, ਉਸ ਮੀਡੀਏ ਨਾਲ ਜਦੋਂ ਆਪਣਾ ਰਿਸ਼ਤਾ ਤੋੜਨਗੇ ਤਾਂ ਮੀਡੀਆ ਆਪਣੇ ਆਪ ਹੀ ਠੀਕ ਹੋ ਜਾਵੇਗਾ। ਕਿਉਂਕਿ ਮੀਡੀਆ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਜੀ, ਇਹ ਆਮ ਕਿਹਾ ਜਾਂਦਾ, ਔਰ ਬਹੁਤ ਵੱਡਾ ਕੰਮ ਹੈ ਮੀਡੀਆ ਦਾ ਉਹਨਾਂ ਤਿੰਨਾਂ ਹੀ ਫੰਕਸ਼ਨਲੀ 'ਤੇ ਨਿਗ੍ਹਾ ਰੱਖਣਾ। ਇੱਕ ਕਾਨੂੰਨ ਬਣਾਉਂਦਾ, ਇੱਕ ਕਾਨੂੰਨ ਓਰੇਟ ਕਰਦਾ, ਇੱਕ ਕਾਨੂੰਨ ਲਾਗੂ ਕਰਦਾ, ਚੌਥਾ ਜਿਹੜਾ ਹੈ ਜੀ ਥੰਮ ਹੈ ਉਹ ਹੈ ਡੈਮੋਕ੍ਰੇਸੀ ਦੇ ਵਿੱਚ ਮੀਡੀਆ ਜਿਹੜਾ ਨਿਗ੍ਹਾ ਰੱਖਦਾ ਉਹਨਾਂ ਤਿੰਨਾਂ 'ਤੇ। ਜਦੋਂ ਉਹ ਹੀ ਨਾਂ ਰਲ ਜਾਂਦਾ ਤਾਂ ਫਿਰ ਨਿਗ੍ਹਾ ਕੌਣ ਰੱਖੇਗਾ? ਅਤੇ ਪਰ ਉਹ 'ਤੇ ਵੀ ਨਿਗ੍ਹਾ ਰੱਖਣ ਨੂੰ ਹੈ, ਉਹ ਹੈ ਜੀ ਆਵਾਮ, ਅਸੀਂ ਤੁਸੀਂ। ਜਦੋਂ ਅਸੀਂ ਅਵੇਅਰ ਹੋ ਜਾਵਾਂਗੇ ਕੋਈ ਮੀਡੀਆ ਕੁਤਾਹੀ ਨਹੀਂ ਕਰ ਸਕਦਾ। ਸੋ ਜਿਹੜਾ ਅਗੇਨ ਜਿਹੜੀ ਰਿਸਪੋਂਸੀਬਿਲਟੀ ਆ ਉਹ ਆਵਾਮ ਦੇ ਨਾਲ ਲਾਈ ਕਰਦੀ। ਸਾਨੂੰ ਸਭਨਾਂ ਨੂੰ ਇਹ ਦੇਖਣਾ ਪੈਣਾ ਕਿ ਅਸੀਂ ਆਪਣੇ ਆਪ ਨੂੰ ਐਜੂਕੇਟ ਕਰੀਏ ਔਰ ਜਾਣ ਸਕੀਏ ਕਿ ਰੀਅਲ ਮੁੱਦੇ ਕੀ ਆ ਅਤੇ ਕਿਹੜਾ ਮੀਡੀਆ 'ਤੇ ਖੜਾ ਉਤਰ ਰਿਹਾ ਜੀ। ਬਹੁਤ ਬਹੁਤ ਧੰਨਵਾਦ ਬੁੱਟਰ ਸਾਹਿਬ। ਥੈਂਕ ਯੂ ਜੀ, ਬਹੁਤ ਮਿਹਰਬਾਨੀ।